ਸਲਾਮੁਅਲੈਕੁਮ ਬਾਜੀ ਹਾਂ ਬਿੰਨ ਬੁਲਾਏ ਮੂੰਹ ਚੁੱਕ ਕੇ ਆ ਜਾਂਦੀ ਆ ਤੁਹਾਨੂੰ ਪਤਾ ਹੈ ਨਾ ਮੈਂ ਆਪਣੇ ਮੁੰਡੇ ਵਾਸਤੇ ਰਿਸ਼ਤਾ ਢੂੰਡ ਰਹੀ ਸੀ ਕਿਹੜਾ ਮੁੰਡਾ ਮਹਿਬੂਬ ਆਹੋ ਮੇਰਾ ਬੂਬੀ ਮੈਂ ਕਿਹਾ ਤੁਹਾਨੂੰ ਪੁੱਛ ਲਵਾਂ ਕੋਈ ਚੰਗੀ ਕੁੜੀ ਮਿਲੀ ਤਾਂ ਮੈਨੂੰ ਦੱਸਣਾ ਪਹਿਲਾਂ ਤਾਂ ਤੂੰ ਮੁੰਡੇ ਦੇ ਨਾਂ ਦਾ ਬੇੜਾ ਗਰਕ ਕਰਤਾ ਜਦ ਵੇਖੋ ਮੇਰਾ ਬੂਬੀ ਮੇਰਾ ਬੂਬੀ ਇੰਨੀ ਅੰਗਰੇਜ਼ੀ ਤਾਂ ਮੈਨੂੰ ਵੀ ਆਉਂਦੀ ਆ ਬਾਜੀ ਦੂਜੀ ਗੱਲ ਉਹ ਵਿਆਹ ਦੇ ਕਾਬਿਲ ਹੈਗਾ ਨਾ ਪੜ੍ਹਾਈ ਕਰਦਾ ਹੈ ਨਾ ਕੰਮ ਕਰਦਾ ਹੈ ਆਪਣਾ ਖਿਆਲ ਰੱਖ ਨਹੀਂ ਸਕਦਾ ਬੀਵੀ ਨੂੰ ਕਿਵੇਂ ਸੰਭਾਲੇਗਾ ਕਰ ਰਿਹਾ ਸੀ ਨਾ ਡਾਕਟਰੀ ਬਸ ਵਿਚਾਰੇ ਨੂੰ ਥੋੜੀ ਜਿਹੀ ਡਿਪਰੈਸ਼ਨ ਹੋ ਗਈ ਵਿਆਹ ਤੋਂ ਬਾਅਦ ਆਪੇ ਹੀ ਠੀਕ ਹੋ ਜਾਊਗਾ ਇਹ ਦੇਸੀਆਂ ਦੀ ਇੰਨੀ ਭੈੜੀ ਸੋਚ ਹੈਗੀ ਮੁੰਡਾ ਵਿਗੜ ਗਿਆ ਤਾਂ ਵਿਆਹ ਕਰਾ ਲਓ ਵਿਆਹ ਤੋਂ ਬਾਅਦ ਵੀ ਨਹੀਂ ਸਿੱਧਾ ਹੋਇਆ ਤਾਂ ਬੱਚੇ ਪੈਦਾ ਕਰ ਲਓ ਇਹ ਕੀ ਬੇਵਕੂਫੀ ਆ ਬਾਜੀ ਵਿਆਹ ਤੋਂ ਬਾਅਦ ਸਭ ਆਪੇ ਹੀ ਠੀਕ ਹੋ ਜਾਂਦਾ ਮੈਨੂੰ ਵੇਖੋ ਓਹੀ ਤਾਂ ਵੇਖ ਰਹੀ ਆ ਕਿਸੇ ਵਿਚਾਰੀ ਕੁੜੀ ਦੀ ਜ਼ਿੰਦਗੀ ਤਬਾਹ ਕਰਨੀ ਐ ਤੂੰ ਪਹਿਲਾਂ ਨਕਮਾ ਤੇਰਾ ਮੁੰਡਾ ਨਾਲੇ ਤੇਰੇ ਵਰਗੀ ਸੱਸ ਹਾਏ ਬਾਜੀ ਮੈਂ ਕੀ ਕੀਤਾ ਮੈਂ ਤਾਂ ਬਸ ਬੱਚਿਆਂ ਦੀ ਖੁਸ਼ੀ ਚਾਹੁੰਦੀ ਆ ਬੱਚਿਆਂ ਦੀ ਖੁਸ਼ੀ ਆ ਆਪਣੀ ਖੁਸ਼ੀ ਐਡਾ ਵੱਡਾ ਜਿੰਨ ਜਿਆ 40 ਸਾਲ ਦਾ ਵਿਗੜਿਆ ਹੋਇਆ ਤੇਰਾ ਮੁੰਡਾ ਹਾਏ ਬਾਜੀ ਮੇਰਾ ਬੂਬੀ ਓ ਤੇਰਾ ਬੂਬੀ ਤਾਂ ਤੂੰ ਉਹਦੀ ਬ੍ਰਜ਼ੀਰ ਆਪ ਕੁਝ ਕਰਦਾ ਨਹੀਂ ਐ ਤੂੰ ਚੁੱਕੀ ਫਿਰਦੀ ਐ ਉਹਨੂੰ ਹਾਂ